जी ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਦਾਂ ਕੀ ਹਾਲ ਚਾਲ ਹੈ ਵਧੀਆ ਠੀਕ ਠਾਕ ਹਾਂ ਟਾਈਮ ਬਾਅਦ ਅੱਜ ਮੇਰਾ ਸ਼ੂਟ ਹੈ ਪਟਿਆਲਾ ਸਿਟੀ 'ਚ ਇੱਕ ਬਲ ਹੋਟਲ 'ਚ ਏਅਰਪੋਰਟ 6-7 ਮਹੀਨੇ ਹੋ ਗਏ ਜੀ ਸ਼ੂਟ ਕਰਦੇ ਨੂੰ ਅਤੇ ਗੈਪ ਵੀ ਹੋ ਗਿਆ ਸੀ ਅਤੇ ਬਸ ਟਾਈਮ ਨਹੀਂ ਲੱਗਿਆ ਜਾਂ ਬਿਜ਼ੀ ਸਮਝ ਲਓ ਇੰਨੇ ਬਿਜ਼ੀ ਸੀ ਵੀ ਕੰਮਾਂ ਦੇ ਵਿੱਚ ਵੀ ਟਾਈਮ ਹੀ ਦਿੱਤਾ ਗਿਆ ਸ਼ੂਟ ਕੇ ਨਹੀਂ ਅਤੇ ਸ਼ੂਟ ਕਰਨ ਲੱਗਿਆ ਪਟਿਆਲੇ ਇੱਕ ਬਲ ਹੋਟਲ ਦੇ ਵਿੱਚ ਹਾਂਜੀ ਲਓ ਜੀ ਆਪਾਂ ਹੁਣ ਘਰੋਂ ਨਿਕਲ ਗਏ ਹਾਂ ਰੋਡ 'ਤੇ ਪੈ ਗਏ ਹਾਂ ਬਿੱਲਾ ਇਹਨੂੰ ਕਹਿੰਦੇ ਬਿੱਲਾ ਕਹਿੰਦੇ ਬਿੱਲਾ ਬਿੱਲਾ ਕਹਿੰਦੇ ਅੱਖ ਦੇ ਚਲਾਕ ਬੰਦੇ ਹੁੰਦੇ ਨੇ ਪਰ ਆਈ ਆ ਬੱਕਰਾ ਨਾਲ ਆਪਣੇ ਕਾਸ਼ ਇਹ ਸਾਡਾ ਸੋਹਣਾ ਮੁੰਡਾ ਥੋੜ੍ਹਾ ਦਿਖਦਾ ਘੱਟ ਆ ਇਹ ਓਦਾਂ ਕੋਈ ਚੱਕਰ ਨਹੀਂ ਅੱਛਾ ਲਾਈਟ ਲਾ ਕੇ ਦੇਖਦਾ ਅੱਛਾ ਅੱਛਾ काली घटा छा गई पूरी मी ਹਾਂਜੀ ਪਟਿਆਲੇ ਪਹੁੰਚ ਗਏ ਸੀ ਆਪਾਂ ਅਤੇ ਹੋਟਲ 'ਚ ਐਂਟਰ ਕਰ ਗਏ ਲੋਕੇਸ਼ਨ ਆ ਗਈ ਆਪਣੀ ਲੋਕੇਸ਼ਨ ਬਹੁਤ ਸੋਹਣੀ ਹੈ ਯਾਰ ਹਾਂਜੀ ਲਓ ਜੀ ਆਪਾਂ ਲੋਕੇਸ਼ਨ 'ਤੇ ਪਹੁੰਚ ਗਏ ਹੈ ਨਾ ਅਤੇ ਮੀਂਹ ਦੇ ਭਾਈ ਧੂੜਾਂ ਕੱਢਤੀਆਂ ਮੀਂਹ ਨੇ ਬੱਸ ਕਰਾਤੀ ਪਟਿਆਲੇ 'ਚ ਮੀਂਹ ਬਹੁਤ ਜ਼ਿਆਦਾ ਆ ਉਹ ਸਾਡਾ ਪਿਛਲਾ ਦੇਖੋ ਖੁਸ਼ ਆ ਜੋ ਉਹਦਾ ਪਹਿਲਾ ਸ਼ੂਟ ਆ ਸੌਂਗ ਦੇ ਵਿੱਚ ਬਿੱਲਾ ਦੇਖੋ ਹੈ ਪੂਰਾ ਖੁਸ਼ ਹੈ ਜੀ ਪੂਰਾ ਖੁਸ਼ ਹੈ ਚਲੋ बस एक काम देता है ना नहीं ब्रेकफास्ट कर लो ਪਟਿਆਲੇ ਪ੍ਰੋਡਕਸ਼ਨ ਵਾਲਿਆਂ ਨੂੰ ਕਰ ਦਿੰਦੇ ਹੋ ਤਿਆਰ ਹਾਂ ਅੱਛਾ ਸੈੱਟ ਕਰਨੀ ਰਹਿ ਗਈ
ਉਹ ਹੀ ਸ਼ੂਟ ਸਟਾਰਟ ਆਪਣਾ ਸੋ ਮਿਲਦੇ ਹਾਂ ਜਲਦੀ ਅੱਗੇ ਵੀ शाहरुख सिंह साढ़े अज्जे डी ओ पी बहुत वधिया काम आ बहुत वधिया डी ओ पी करते ने अपने निखिल नितिन वर्मा कोरियोग्राफर बेस्ट कोरियोग्राफर सो अपनी टीम मैंबर एक होर आ नाम की गौमसी ने अपना वर्क डी ओ पी सिटन लाना है आ कौन मुंडा सोना जहा ये साडा ਸਾਡਾ ਮੇਨ ਕਰੈਕਟਰ ਜਿਹਨੂੰ ਦਿੱਤਾ ਹੋਇਆ ਆਪਾਂ ਨੇ ਮੇਨ ਐਕਟਰ ਮੇਨ ਲੀਡ ਤੇ ਸਾਡੇ ਚਾਹਤੇ ਪ੍ਰੋਡਿਊਸਰ ਸਾਹਿਬ ਟਰਬੋ ਕੋਚ ਇਹਨਾਂ ਨੇ ਅੱਜ ਮੇਰੀ ਪੱਗ ਬੰਨਣ 'ਚ ਮੇਰੀ ਬਹੁਤ ਸਹਾਇਤਾ ਕੀਤੀ ਆ ਚਲੋ ਧੰਨਵਾਦ ਕਰ गर्मी का पुछे ना पुछे ना देख जमा ही नी जमा ही नहीं गर्मी यादगारी ओके जी।